बहुत सारे मसले हल होया कि नहीं होया है ना होया ना बाकी बाकी स्टेट की जो जो इनकम बढ़ी जाऊगी थोड़े मसले सारे हल कर पुत्र सच ते पहरा देना जिहड़ा ना औखा जरूर है पर अखीर दे विच फलदा ही सिद्ध हुंदा अधिकार है मौलिक हक ने थोड़े कोई नहीं खो सकता पुत्र मेरी गल समझ ला तुसीं ऐतकी पंजाब खातर लड़ना है चुप करी हुण गल कर लैणा यार कोई ताला खुलदा देखो जद तक सरकारां थोनूं हिस्सेदार नहीं बनाउंदियां सत्ता का हिस्सेदार सत्ता का भागीदार नहीं बनाउंदियां उद तक सरकार सरकार नहीं कहूंगी ਉਹ ਕਦੋਂ ਹੋਊਗਾ ਜਦੋਂ ਤੁਹਾਡੇ ਦਿੱਤੇ ਟੈਕਸਾਂ ਦੇ ਪੈਸੇ ਤੁਹਾਡੇ ਕੋਲ ਦੁੱਗਣੇ ਤਿੱਗਣੇ ਹੋ ਕੇ ਵਾਪਸ ਆਉਣਗੇ ਭਾਵੇਂ ਕਿਸੇ ਸੜਕ ਦੇ ਰੂਪ 'ਚ ਹੋਣ ਭਾਵੇਂ ਕਿਸੇ ਸਕੂਲ ਦੇ ਰੂਪ 'ਚ ਹੋਣ ਤੁਹਾਡੇ ਬੱਚਿਆਂ ਖਾਤਰ ਅਤੇ ਭਾਵੇਂ ਤੁਹਾਡੀਆਂ ਤਨਖਾਹਾਂ ਦੇ DADA ਦੇ ਰੂਪ 'ਚ ਹੋਣ ਮੈਂ ਤਾਂ ਪੇ ਕਮਿਸ਼ਨ ਦੀ ਵੀ ਗੱਲ ਕਰਦਾ ਜੇ ਸਰਕਾਰ ਦੀ ਔਰ ਸਟੇਟ ਪਹਿਲੀਆਂ ਸਰਕਾਰਾਂ ਜਿਹੜੀਆਂ 25 ਸਾਲ ਰਾਜ ਕਰਦੀਆਂ ਕਿਸੇ 'ਤੇ ਉਂਗਲ ਨਹੀਂ ਚੱਕ ਰਿਹਾ ਪਰ ਜਿਹੜੀਆਂ 25 ਸਾਲ ਰਾਜ ਕਰਦੀਆਂ ਰਹੀਆਂ ਉਹਨਾਂ ਤਬਾਹ ਕਰਤਾ ਸਟੇਟ ਦਾ ਖਜ਼ਾਨਾ ਜੀ ਸਰ ਸਮਝ ਨਹੀਂ ਪੱਲੇ ਵੀ ਧੇਲਾ ਕਰਦੀ ਮੇਲਾ ਮੇਲਾ ਜੀ ਜਦੋਂ ਤੱਕ ਵਿੱਤੀ ਪਰਿਸਥਿਤੀ ਬੇਟਾ ਠੀਕ ਹੁੰਦੀ ਨਹੀਂ ਜੀ ਮੈਂ ਕਿਹਾ ਨਾ 1000 ਕਰੋੜ ਰੁਪਇਆ ਚਾਹੀਦਾ ਸਾਰੇ ਦੇ ਸਾਰੇ ਟੀਚਰ ਜਿੰਨੇ ਟੀਚਰ ਉਹ ਸਾਰੇ ਘਰੇ ਜਾ ਸਕਦੇ ਜੀ 1000 ਕਰੋੜ ਅਤੇ ਟੋਟਲ 2 ਤੋਂ 3 ਹਜ਼ਾਰ ਕਰੋੜ ਜਿਹੜੇ ਇੱਕ ਵੀ ਧਰਨਾ ਨਹੀਂ ਲੱਗੂ ਪੰਜਾਬ 'ਚ ਜੀ ਸਹੀ ਇਹ ਪ੍ਰੋਬਲਮ ਹੈ ਇਹਨੂੰ ਸਮਝੋ ਸਰ ਜੀ ਮੈਂ ਪਰ ਕਿਸੇ ਇੱਕ ਮਿੰਟ ਪਰ ਕਿਸੇ ਦੇ ਕੋਲ ਕੋਈ ਨੋਟ ਛਾਪਣ ਦੀ ਮਸ਼ੀਨ ਤਾਂ ਨਹੀਂ ਹੈ ਨਾ ਪੁੱਤਰ ਨਹੀਂ ਹੈ ਨਾ ਮਸ਼ੀਨ ਤੇ ਹੈ ਨਹੀਂ ਇਹ ਕਿਤੋਂ ਆਉਣੇ ਆ ਪੈਸੇ ਤੇ ਕਿਤੇ ਲੱਗਣੇ ਆ ਨਹੀਂ ਹੈ ਨਾ ਕਿਤੋਂ ਆਉਣੇ ਆ ਤੇ ਕਿਤੋਂ ਲੱਗਣੇ ਆ ਤੇ ਜਾਂ ਤੇ ਫਿਰ ਕਰਜ਼ੇ ਨਾਲ ਆਉਣਗੇ ਜਾਂ ਤੁਹਾਡੇ ਟੈਕਸਾਂ ਨਾਲ ਆਉਣਗੇ ਜਾਂ ਸਟੇਟ ਦੀ ਇਨਕਮ 'ਚੋਂ ਆਉਣਗੇ ਅਤੇ ਇਨਕਮ ਕਿੱਥੋਂ ਆਉਂਦੀ ਹੈ ਪੁੱਤਰ ਰੇਤੇ 'ਚੋਂ ਰੇਤਾ ਖਾ ਕੇ ਪਹਾੜ ਦੇ ਪਹਾੜ ਠੀਕ ਹੈ ਨਹੀਂ ਕਿੱਥੋਂ ਆਉਣੀ ਹੈ ਸ਼ਰਾਬ 'ਚੋਂ ਮੈਂ ਹੱਥ 'ਚ ਨਹੀਂ ਪਰ ਜੇ ਸ਼ਰਾਬ ਦੇ ਪੈਸੇ ਤਾਂ ਵਿਰਦੇ ਆ ਤਾਂ ਫਿਰ ਖਜ਼ਾਨੇ 'ਚੋਂ ਇਹੀ ਜੇ 25-30 ਹਜ਼ਾਰ ਕਰੋੜ ਰੁਪਈਆ ਖਜ਼ਾਨੇ ਜਾਵੇ ਤਾਂ 2-3 ਹਜ਼ਾਰ ਕਰੋੜ ਰੁਪਈਆ ਤੁਹਾਡੀਆਂ ਤਨਖਾਹਾਂ ਤਰਫੋਂ ਚੱਲੀਏ ਖੁਸ਼ਹਾਲੀ ਹੋਵੇ ਜੀ ਚਾਰੇ ਪਾਸੇ ਜੀ ਕੌਣ ETT ਟੀਚਰ ਦੱਸ ਮੈਨੂੰ ਕਹੂਗਾ ਵੀ ਮੈਂ 10 ਹਜ਼ਾਰ ਦੇ ਵਿੱਚ ਗੁਜ਼ਾਰਾ ਕਰਾਂ ਜੇ ਵਿਆਹ ਹੁੰਦਾ ਅਗਲੇ ਦਾ 10 ਹਜ਼ਾਰ ਦਾ ਗੁਜ਼ਾਰਾ ਹੁੰਦਾ ਨਹੀਂ ਹੁੰਦਾ ਤੇ ਫਿਰ ਕੁਆਲਿਟੀ ਆਫ ਐਜੂਕੇਸ਼ਨ ਕਿਵੇਂ ਆਊ ਨਹੀਂ ਸਮਝਿਆ ਬੇਟਾ ਇਹੀ ਗੱਲਾਂ ਕਰਦੇ ਹਾਂ ਔਰ ਇਹੀ ਸਾਡੀ ਸਰਕਾਰ ਵੀ ਲੱਗੀ ਹੈ ਸਰ ਔਰ ਮੈਂ ਬਾਰ ਬਾਰ ਕਹਿਣਾ ਵੀ ਅਗਲੇ 5 ਸਾਲ ਜੇ ਚਲਾਵਾਂਗੇ ਤੇ ਇਨਕਮ ਤੇ ਚਲਾਵਾਂਗੇ आखरी महीने ਬਸਤੀ 'ਚ ਖੜ ਕੇ ਆ ਲਓ ਜੀ ਦਾਰੂ ਬੰਦੀ ਜਿਹੜੀਆਂ ਗੱਲਾਂ ਮਤਲਬ ਸਰ ਜੀ ਇਹ ਤਾਂ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਬਹੁਤ ਵਧੀਆ ਗੱਲ ਹੈ ਤੁਹਾਡੀ ਪਰ ਜਿਹੜੀ ਉਹਨਾਂ ਦਾ ਮਸਲਾ ਹੈ ਮੈਂ ਦੇਖ ਰਿਹਾ ਉਹ ਜਿਹੜਾ ਮਸਲਾ ਕੀ ਹੈ ਜੀ ਤੁਹਾਡੇ ਆਪਣੇ ਪੰਜਾਬ ਗਵਰਨਮੈਂਟ ਦਾ ਸਾਰੇ ਇਹਨਾਂ ਦੇ ਪੈਸੇ ਨੇ ਜੀ ਅਗੇਤ ਆਧਾਰ ਤੇ ਨੌਕਰੀਆਂ ਦੇ ਰਹੇ ਆ ਬਿਜਲੀ ਬੋਰਡ ਕਿਉਂ ਨਹੀਂ ਇਹਨਾਂ ਨੂੰ ਨੌਕਰੀ ਦੇ ਰਿਹਾ ਦੇਖੋ ਦੇਖੋ ਜਿਹੜਾ ਪੰਜਾਬ ਗਵਰਨਮੈਂਟ ਨੇ ਕੋਈ ਰੋਕਿਆ ਨਹੀਂ ਹੈਗਾ ਕੋਈ ਰੋਕ ਨਹੀਂ ਲੱਗੀ ਇਹ ਬਿਜਲੀ ਬੋਰਡ ਨੇ ਲਾਈ ਆ ਇਹ ਵਿਚਾਰੇ 2 ਮਹੀਨੇ ਹੋ ਗਏ ਉੱਪਰ ਬੈਠਿਆਂ ਨੂੰ ਇਹਨਾਂ ਦੀ ਜਿਹੜੀ ਇਹਨਾਂ ਨੂੰ ਨੌਕਰੀ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਹੱਕ ਇਹਨਾਂ ਦਾ ਬਣਦਾ ਸੁਣੇਗਾ ਹੱਕ ਤੇ ਬਹੁਤ ਬਹੁਤ ਬਣਦਾ 1 ਲੱਖ ਨੌਕਰੀ ਖਾਲੀ ਪਈ ਕਿਉਂ ਨਹੀਂ ਭਰੀ ਸਰ ਜਿਹੜੇ ਆਪਣੇ ਬਾਰਸ ਗਵਾ ਬੈਠੇ ਉਹ ਬੈਠੇ ਆ ਜੀ ਇਹ ਤਾਂ ਇੱਛਾ ਸ਼ਕਤੀ ਦਾ ਸਵਾਲ ਹੈ ਜੀ ਨਹੀਂ 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 ਇੱਕ ਟ੍ਰੈਂਡ ਚੱਲ ਪਿਆ ਸਰ ਪ੍ਰਧਾਨ ਜੀ ਸੁਣੋ ਗੱਲਬਾਤ ਤੁਸੀਂ ਜਾਣਾ ਲੋਕਾਂ ਦੇ ਵਿੱਚ
असि यह भी भुल गए, कोई बंदा भुलदा हों भी मैं जिहड़े घर जमया मेरा जन्म होया इत्थे ਤੁਸੀਂ ਇਹੋ ਜਿਹੀ ਮੈਨੇਜਮੈਂਟ ਬਹਾਲਦੀ ਹੈ ਜਿਹੜੀ ਇੱਕ ਇੱਕ ਮਹੀਨੇ ਚ ਦਸ ਦਸ ਸਮਝੌਤੇ ਕਰਦੀ ਹੈ, ਦਸੇ ਵਾਰ ਮੁੱਕਰਦੀ ਹੈ, ਦਸੇ ਵਾਰ ਮੁੱਕਰਦੀ ਹੈ। ਇਹ ਬੰਦੇ ਉੱਤੇ ਬੈਠੇ ਹੁਣ ਮਰਨ ਬੱਥ ਤੇ ਆ ਗਏ ਤਾਂ ਜ਼ਿੰਮੇਵਾਰ ਕੌਣ ਹੈ? ਆਰਮੀ ਪਾਰਟੀ ਵੀ ਜ਼ਿੰਮੇਵਾਰ ਹੈ ਤੇ ਚੇਅਰਮੈਨ ਜ਼ਿੰਮੇਵਾਰ ਹੈ। ਪਹਿਲੀ ਵਾਰ 47 ਤੋਂ ਬਾਅਦ ਡੀਏ ਜਾਮ ਹੋਇਆ ਪੰਜਾਬ ਦੇ ਮੁਲਾਜ਼ਮਾਂ ਦਾ, ਔਰ ਅਸੀਂ ਅੱਜ ਉੱਥੇ ਬੈਠੇ 2011 ਦੇ ਦਸੰਬਰ 2011 ਦੇ ਉੱਤੇ। ਤੁਸੀਂ ਸਾਡੀਆਂ ਕਾਪੀਆਂ ਚੱਕ ਕੇ ਦੇਖੋ ਕਾਲੀਆਂ ਹੋਈਆਂ, ਅਸੀਂ ਤਾਂ ਡੇਟਾਂ ਵੀ ਭੁੱਲ ਗਿਆ ਕਿੰਨੇ ਸਮਝੌਤੇ ਕੀਤੇ। ਇੰਨੀ ਢੀਠਤਾਈ ਦੇ ਨਾਲ ਗੱਲ ਕਰ ਰਹੇ ਆ ਇਹ ਛੋਟੇ ਭਾਈ। ਸਾਰੀ ਮੈਨੇਜਮੈਂਟ ਨੇ, ਇੱਕ ਨਹੀਂ ਜੀ, ਸਾਰੀ ਮੈਨੇਜਮੈਂਟ ਨੇ। ਤੁਸੀਂ ਹੈਰਾਨ ਹੋ ਜਾਓ ਕਿ 32 ਸਾਲ ਬਾਅਦ ਕਿਸੇ ਬੰਦੇ ਦੀ ਇੱਕ ਕੈਟਾਗਰੀ 'ਤੇ ਲੱਗੀ ਹੋਈ ਦੀ ਪ੍ਰਮੋਸ਼ਨ ਹੋ ਗਈ ਤਾਂ ਕੀ ਦੱਸੂਗਾ ਆਪਣੇ ਜਵਾਕਾਂ ਨੂੰ ਜਾ ਕੇ? 32 ਸਾਲ ਬਾਅਦ ਜੇ ਉਹ ਹੋਈਆਂ ਤਾਂ ਜਾ ਕੇ ਤੁਸੀਂ ਹੈਰਾਨ ਮੰਨੋਗੇ ਕਿਸੇ 'ਤੇ 3 ਸਾਲ ਦੀ ਕੰਡੀਸ਼ਨ, ਕਿਸੇ 'ਤੇ 2 ਸਾਲ ਦੀ ਕੰਡੀਸ਼ਨ, ਕਿੱਧਰ ਨੂੰ ਜਾਊ ਬੰਦਾ? 2 ਦਿਨ ਹੋ ਗਏ ਗੇਟ ਜਾਮ ਹੋਏ ਨੇ। 31 ਤਰੀਕ ਨੂੰ ਮੈਨੇਜਮੈਂਟ ਨੇ ਕਿਹਾ ਸੌਹਾਂ ਖਾ ਲੈਂਦੇ ਹਾਂ ਅਸੀਂ, ਜਿਵੇਂ ਕਹਿੰਦੇ ਹੁੰਦੇ ਵੀ ਮੈਂ ਹੱਥ 'ਚ ਫੜ ਕੇ ਸੌਹ ਖਾਂਦਾ, ਉਹ ਗੱਲ ਕੀਤੀ। 31 ਤੋਂ ਬਾਅਦ ਦਾਦੀ ਚੱਕ ਨਹੀਂ ਬੁਲਾਏ, ਨਾ ਕੋਈ ਪਾਲਿਸੀ ਤਿਆਰ, ਨਾ ਕੋਈ ਮੈਟਰ ਤਿਆਰ। ਉਹ ਸਗੋਂ ਇੱਥੋਂ ਦਾ ਕਹਿਤਾ ਤੁਸੀਂ 5-4 ਜਾਣੇ ਆ, ਤੁਹਾਨੂੰ ਦੇ ਦਿੰਦੇ ਆ ਨੌਕਰੀ। ਇਸ ਤਰ੍ਹਾਂ ਸੌਦੇ ਹੋ ਰਹੇ ਆ। ਸੌਹਾਂ ਤਾਂ ਤੁਹਾਡੇ ਪਿਛਲੇ ਚੀਫ ਮਿਨਿਸਟਰ ਨੇ ਵੀ ਖਾਧੀਆਂ, ਉਹ ਸਾਡੇ ਸੌਹਾਂ ਸਾਰੇ ਖਾ ਰਹੇ ਆ, ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਨੇ। ਸਾਡੇ ਲਈ ਕੋਈ ਫਰਕ ਨਹੀਂ ਜੀ। ਦੇਖੋ ਪਹਿਲਾਂ ਕੈਪਟਨ ਸਾਹਿਬ ਨੇ ਹੱਥ ਘਾ ਗੁਟਕਾ ਫੜ ਲਿਆ ਜੀ, ਹੁਣ ਚੰਡੀ ਤੇ ਕੈਪਟਨ ਦਾ ਕੀ ਫਰਕ ਆ ਸਾਡੇ ਲਈ? ਸਾਡੇ ਲਈ ਤਾਂ ਸਾਰਾ ਇੱਕੋ ਸਮਾਨ ਹੈ। ਸਾਨੂੰ ਤਾਂ ਇੰਨਾ ਕਿਹਾ ਵੀ ਕਛੂਆਂ ਲੱਗਿਆ ਸੀ ਉਹ ਬੜਾ ਹੋ ਗਿਆ, ਇਹ ਛੋਟਾ, ਹੁਣ ਉਹਦੀ ਵਾਰੀ ਆ ਗਈ ਹੈ। ਇਸ ਕਰਕੇ ਕਹਿ ਰਹੇ ਹਾਂ ਅਸੀਂ ਅੱਤ ਦਰਜੇ ਦੀ ਨਿਰਾਸ਼ਤਾ ਦੇ ਵਿੱਚੋਂ ਕੱਖ ਵੀ ਨਹੀਂ ਦਿੱਤਾ, ਕੱਖ ਵੀ। ਕੋਈ ਐਂ ਤਾਂ ਹੋਵੇ ਨਾ ਉਡਾਣੇ ਤੁਸੀਂ ਸ਼ੁਰੂ ਕਰ ਲਈਏ ਵੀ ਆਹ ਦੇਤਾ ਦੀ ਜਾਂ ਇੱਥੇ ਜਾ ਕੇ ਬਹਿਸ ਕਰ ਲੈਂਦੇ ਹਾਂ। ਇੱਕ ਨਵਾਂ ਪੈਸਾ, ਜੇ ਪੇਅਰ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ, ਪੰਜਾਬ ਸਰਕਾਰ ਦੇ ਨਹੀਂ ਚੱਲੀ, ਮਨਪ੍ਰੀਤ ਬਾਦਲ ਨੇ ਇੰਨੀਆਂ ਲੱਤਾਂ ਤੋੜਤੀਆਂ ਉਹਦੀਆਂ, ਪੇਅਰ ਕਮਿਸ਼ਨ ਨੇ ਨਹੀਂ ਖੜ ਸਕਦਾ। ਜਿਹੜੀ ਰਿਪੋਰਟ ਪੇਅਰ ਕਮਿਸ਼ਨ ਦੀ ਦਿੱਤੀ ਗਈ ਹੈ, ਜੋ ਸਾਨੂੰ ਕਿਹਾ ਗਿਆ, ਜੋ ਸਾਡਾ ਰਾਈਟ ਸੀ, ਸਾਡਾ ਤਾਂ 20% ਕੱਟ ਲਿਆ ਸੀ ਪੇਅਰ ਕਮਿਸ਼ਨ ਨੂੰ, ਕੀ ਚੱਕਾਂ ਕੀ ਦੱਸੋ? ਪੇਅਰ ਕਮਿਸ਼ਨ ਦੰਦਾ ਹੁੰਦਾ ਕਿ ਲੰਦਾ ਹੁੰਦਾ ਕਿਸੇ ਤੋਂ? ਮੈਂ ਕਿਹਦੇ ਖਾਤਰ ਲੜਦਾ? ਤੁਹਾਡੇ ਖਾਤਰ ਹੀ ਲੜਦਾ, ਪੇ ਕਮਿਸ਼ਨ ਖਾਤਰ ਹੀ ਲੜਦਾ, ਲੜੋ ਸਰ। ਮੈਂ ਧਰਨਿਆਂ 'ਚ ਖੜ ਕੇ ਇਹੀ ਗੱਲਾਂ ਕਰਦਾ, ਕਿਉਂ ਕਿਉਂ ਪਹਿਲਾਂ ਇਸ ਗੱਲ ਨੂੰ ਸਮਝ ਛੋਟੇ ਭਾਈ, ਮੈਂ ਇਹਨਾਂ ਨੂੰ ਇਹੀ ਸਮਝਾਉਣਾ ਆ। ਦੇਖੋ ਦੇਖੋ ਮੈਂ ਤੁਹਾਨੂੰ ਫੇਰ ਦੁਬਾਰਾ ਗੱਲ ਕਰ ਰਿਹਾ, ਮੈਂ ਇੱਥੇ ਰੀਡ ਵੀ ਕਰਨੀ ਹੈ ਜੀ ਸਰ, ਮੈਂ ਤੁਹਾਨੂੰ ਸਮਝਾਉਣਾ ਹੈ ਜੀ ਸਰ। ਪੇ ਕਮਿਸ਼ਨ ਸਰਕਾਰ ਨੇ ਦਿੱਤਾ ਸੈਂਟਰ ਦੀ, ਠੀਕ ਹੈ, 5 ਸਾਲ ਲਈ ਦਿੱਤਾ, ਤੁਹਾਨੂੰ ਹਜੇ ਤੱਕ ਡੀਏ ਨਹੀਂ ਮਿਲੇ, ਕਿਉਂ ਨਹੀਂ ਮਿਲੇ ਭਾਈ? ਬੇਟਾ ਫਿਰ ਤੁਹਾਡੀ ਮਰਜ਼ੀ, ਮੈਂ ਤੁਹਾਡੀ ਕੱਲੀ ਵਾਰ ਬਿਜਲੀ ਮੰਤਰੀ ਦੀ ਕੋਈ ਔਕਾਤ ਨਹੀਂ ਮੈਂ ਦੱਸ ਦੇਣਾ, ਕਿਉਂ ਜੇ ਤਾਂ ਚੀਫ ਮਿਨਿਸਟਰ ਹੈ ਫਿਰ ਤਾਂ ਠੀਕ ਹੈ, ਨਹੀਂ ਤਾਂ 27 IAS ਅਫਸਰ ਉਹਨਾਂ ਦਾ ਬੋਰਡ, ਉਹ ਰਿਪੋਰਟ ਕਰਦੇ ਸਿੱਧੇ ਚੀਫ ਮਿਨਿਸਟਰ, ਮੰਤਰੀ ਤਾਂ ਬਦਲੀ ਨਹੀਂ ਕਰ ਸਕਦਾ ਕਾਕਾ, ਜਦ ਤੱਕ ਤੁਸੀਂ ਸਹੀ ਬੰਦਾ ਐਤਕੀ ਸਰਕਾਰ 'ਚ ਨਹੀਂ ਲਿਆਉਂਦੇ। ਦੇਖੋ ਜਦ ਤੱਕ ਇਹ ਮਾਫੀਆ ਹੈ ਨਾ, ਇਹਦਾ ਨਾਤਾ ਤੁਹਾਡੇ ਨਾਲ ਹੈ, ਜਦ ਤੱਕ ਇਹ ਮਾਫੀਆ ਤੁਹਾਡੇ 20-25,000 ਕਰੋੜ ਉਹਨਾਂ ਦੀ ਅੰਜੇ ਬਣ ਜਾਂਦੇ। ਤੁਹਾਨੂੰ ਇਹ ਲੱਗਦਾ, ਤੈਨੂੰ ਸੁਣ ਲੈ, ਤੁਹਾਨੂੰ ਇਹ ਲੱਗਦਾ ਤੇ ਮੈਂ ਇਸੇ ਕਰਕੇ ਕਹਿਣਾ ਕਿ ਇਹ 3-4 ਮਹੀਨੇ ਨੀ, 1 ਸਾਲ ਦੇ ਵੀ ਠੀਕ ਹੋਜੂ। ਜੇ ਕੋਈ ਸਰਕਾਰ ਸਟੇਟ ਦੀ ਇਨਕਮ ਦੇ ਨਾਲ ਸਰਕਾਰ ਚਲਾਓ, ਇੱਕ ਬੰਦਾ ਪੰਜਾਬ ਚ ਨੀ ਬਚੂਗਾ ਜਿਹਨੂੰ ਨੌਕਰੀ ਨੀ ਮਿਲੂ। ਸਾਡੇ ਦੇਖੋ ਮੇਰੀ ਗੱਲ ਨੂੰ ਸਮਝ ਲੈ, ਲੇਕਿਨ ਉਹਦਾ ਰਸਤਾ ਇੱਥੋਂ ਨਹੀਂ ਜਾਂਦਾ, ਉਹ ਐਦਾਂ ਪ੍ਰੋਟੈਸਟ ਨਿਰਾਸ਼ਤਾ ਦੇ ਨਾਲ ਨਹੀਂ ਜਾਂਦਾ, ਆਸ਼ਾ ਨਾਲ ਜਾਂਦਾ। ਆਸ਼ਾ ਕਿੱਦਾਂ ਨਾਲ ਜਾਂਦਾ? ਸਹੀ ਬੰਦੇ ਜਦ ਤੱਕ ਨਹੀਂ ਆਉਣਗੇ, ਪੈਸੇ ਨਹੀਂ ਸਟੇਟ ਦੇ ਖਜ਼ਾਨੇ ਜਾਣਗੇ, ਪੇ ਕਮਿਸ਼ਨ ਵੀ ਰੁਕਣਗੇ, ਨੌਕਰੀਆਂ ਵੀ ਰੁਕਣਗੀਆਂ, ਡੀਏ ਵੀ ਰੁਕਣਗੇ, ਸਭ ਰੁਕੂ। ਹੁਣ ਤੁਸੀਂ ਆਪਾਂ ਮੈਂ ਦੇਖੋ ਮੈਂ ਸਮਝਾਉਣਾ, ਪੋਲੀਟਿਕਸ ਪੋਲੀਟਿਕਸ ਨਹੀਂ ਕਰਨਾ, ਹੁਣ ਪਹਿਲਾਂ ਜੂਸ ਪੀਓ ਤੇ ਨਾਲਾ ਤੋੜੋ। ਸਰ ਮੇਰੀ ਗੱਲ ਸੁਣੋ, ਮੈਂ ਤੁਹਾਡੀ ਅੱਜ ਹੀ ਡਿਮਾਂਡ, ਮੇਰੀ ਗੱਲ ਤਾਂ ਸੁਣੋ ਸਰ,
जो सानू ना जो साडे मां प्यो ने बोर्ड खड़ा किया बिजली बोर्ड उदो कोई सुविधा नहीं होंगे सी हथा पैर हथा ना टोए पड़ने पेंदे सी ਤੁਸੀਂ ਕਹਿੰਦੇ ਹੋ 183 ਕਰੋੜ ਅਸੀਂ ਦੇਣ ਨੂੰ ਤਿਆਰ ਹਾਂ ਠੀਕ ਹੈ ਮੈਂ ਕਹਿੰਦਾ ਤੁਸੀਂ ਦੇਣ ਨੂੰ ਤਿਆਰ ਹੋ ਜਾਂ ਨਾ ਮੈਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਂਜੀ ਉੱਤੇ ਚੀਫ ਮਿਨਿਸਟਰ ਕੋਲੇ ਗੱਲ ਪਜਾਉਂਗਾ ਇਹਨਾਂ ਨੂੰ ਵੀ ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੀ ਜਾ ਠੀਕ ਹੈ ਕਿ ਨਹੀਂ ਇਹ ਦੇਖੋ ਜੇ ਤੇ ਮੇਰੇ ਕੋਲ ਐਡਮਿਨਿਸਟ੍ਰੇਟਿਵ ਪਾਵਰ ਹੋਵੇ ਤਾਂ ਮੈਂ ਹੁਣੇ ਹੀ ਨਿਰਣਾ ਲੈ ਲਾਂ ਲੇਕਿਨ ਪਾਰਟੀ ਕੀ ਅੱਗੇ ਰਿਕਮੈਂਡ ਕਰਦੀ ਔਰ ਤੁਸੀਂ ਦੇਖੋਗੇ ਪਿਛਲੇ 3 ਮਹੀਨਿਆਂ 'ਚ ਮਸਲੇ ਹੱਲ ਹੋਏ ਕਾਫੀ ਸਾਰੇ ਹੱਲ ਹੋਏ ਠੀਕ ਹੈ ਕਿ ਨਹੀਂ ਕੋਈ ਇਹ ਨਹੀਂ ਹੈ ਵੀ 25 ਸਾਲ ਦੀਆਂ ਕੁਰੀਤੀਆਂ 2 ਮਹੀਨਿਆਂ ਦੇ ਵਿੱਚ ਹੀ ਦੂਰ ਹੋ ਜਾਣਗੀਆਂ ਪਰ ਚਲੋ ਸਰ ਟਾਈਮ ਤਾਂ ਹੌਲੀ 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 ਕਰਕੇ ਸਾਰਾ ਕੁਝ ਸੁਲਝਾਵਾਂ ਠੀਕ ਹੈ ਜੇ ਕੋਈ ਮਨਛਾ ਨਾ ਹੋਵੇ ਤੇ ਮੈਂ ਇੱਥੇ ਆ ਕੇ ਕੋਈ ਖੜਦਾ ਨਹੀਂ ਸਹੀ ਗੱਲ ਠੀਕ ਹੈ ਤਾਂ ਤੁਹਾਨੂੰ ਰਾਤ ਨੂੰ ਕਿਉਂ ਸਮਝਾਵਾਂ ਤੇ ਫਿਰ ਤੁਹਾਡੀ ਉਹ ਲੜਾਈ ਕਿਉਂ ਲੜਦਾ ਠੀਕ ਹੈ ਤੁਹਾਨੂੰ ਸਮਝੋ ਬੇਟਾ ਦੇਖੋ ਇਸ ਗੱਲ ਨੂੰ ਉਲਝਾਣਾ ਹੋਵੇ ਜਿੰਨਾ ਮਰਜ਼ੀ ਉਲਝਾਈ ਜਾਓ ਹਾਂਜੀ ਜੋ ਮਰਜ਼ੀ ਕਰੀ ਜਾਓ ਲੇਕਿਨ ਜਦੋਂ ਮੈਂ ਸੁਣਨ ਨੂੰ ਤਿਆਰ ਔਰ ਲੜਾਈ ਉਹ ਤੁਹਾਡੀ ਲੜਦਾ ਇੱਕ ਗੱਲ ਲਈ ਇੱਕ ਫਿਰ ਤੁਸੀਂ ਜਿਹੜਾ ਸਾਡੇ ਤੋਂ ਪੈਸਾ ਲਿਆ ਅਸੀਂ 183 ਕਰੋੜ ਵਾਪਸ ਕਰਨੇ ਤਿਆਰ ਆ ਇਹ ਕੋਈ ਨਹੀਂ ਪਾਉਂਦੇ ਸਰਕਾਰ ਦੇਖੋ ਮੇਰੀ ਗੱਲ ਤਾਂ ਸੁਣੋ ਮੈਂ ਕਿਸੇ ਨਾਲ ਕੋਲ ਦੀ ਕੋਲ ਫਾਇਰ ਪਈ ਹੈ ਤੁਹਾਡਾ ਇੱਕ ਇੱਕ ਫੋਨ ਹੀ ਸਾਡਾ ਕੰਮ ਕਰਾ ਤੁਸੀਂ ਕੱਲ ਨੂੰ ਫੋਨ ਕਰੋ ਹੁਣ ਕੰਮ ਹੋ ਜਾਏ ਮੈਂ ਕਿਹਾ ਮੈਂ ਫੋਨ ਨਹੀਂ ਕਰੂੰ ਮੈਂ ਤਾਂ ਕੋਲ ਜਾਊਂ ਬਸ ਠੀਕ ਠੀਕ ਹੈ ਬੜੀ ਮਿਹਰਬਾਨੀ ਬਲਾਉਂ ਬਲਾਉਂ ਆਪ ਮਿਹਰਬਾਨੀ ਪਾਰਟੀ ਦਾ ਪ੍ਰਧਾਨ ਆ ਬਲਾਉਂ ਬਸ ਠੀਕ ਹੋਰ ਤਾਂ ਕਿ ਕੰਮ ਕਰਾ ਕੇ ਕਿਸੇ ਨਾਲ ਕੋਲ ਦੇਖੋ ਹੋਰ ਕਿਤੇ ਨਹੀਂ ਕੇਪੀਸੀ ਨਾਲ ਇੱਕ ਸਰ ਪਰ ਹੁਣ ਤੁਸੀਂ ਇੱਕ ਗੱਲ ਕਰੋ ਹਾਂਜੀ ਹੁਣ ਆਪਦੇ ਜੂਸ ਜਸ ਪੀ ਔਰ ਤੁਹਾਨੂੰ ਦੋ ਰਾਜਾ ਇਸ ਗੱਲ ਬਾਰੇ ਪਤਾ ਲੱਗੇਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਮਸਲਾ ਹੱਲ ਕਰਕੇ ਜੀ ਸਾਨੂੰ ਬਹੁਤ ਧੰਨਵਾਦ ਕਰਦਾ ਸਾਨੂੰ ਖੁਸ਼ੀ ਦੀ ਗੱਲ ਹੈ ਜੀ ਅਸੀਂ ਦੱਸਣ ਆਪਣੀ ਅਸੀਂ ਪਾਰਟੀ ਲਈ ਖੜੇ ਹਾਂ ਜੀ ਪੂਰੀ ਅਸੀਂ ਤਰਸ ਦੇ ਦਰ ਲੋਕ ਤਰਸ ਨਾਲ ਹੀ ਪਾਤੀ ਸਾਡਾ ਤਰਸ ਕਰੋ ਇਕੱਠੇ ਹੋ ਤੁਸੀਂ ਦੇਖੋ ਜੀ ਤੁਸੀਂ ਇਹਦਾ ਜੋੜਾ ਫਾਟ ਵਾਲਾ ਦਾ ਵੀ ਹੱਲ ਕਰਾਇਆ ਜੀ ਕਰਾਇਆ ਪੂਰੀ ਉਮੀਦ ਹੈ ਸਾਡਾ ਵੀ ਸਾਡਾ ਵੀ ਕਰਾਉਂਗੇ ਸਾਡੀ ਤੁਸੀਂ ਇੱਕ ਗੱਲ ਸਮਝੋ ਹਾਂਜੀ ਕਿ ਇੱਥੇ ਇੱਥੇ ਕੋਈ ਲੀਡਰੀ ਕਰਨੀ ਆ ਆਏ ਮੈਂ ਕਿਹਨੂੰ ਕਰਨ ਦਿੱਤੀ ਤੁਸੀਂ ਇਕੱਠੇ ਹੋ ਗਏ ਹੋ ਗਏ ਪੂਰੇ ਥੈਂਕ ਯੂ ਸਰ ਬਹੁਤ ਤੇ ਮੈਂ ਤੁਸੀਂ ਇੱਕ ਕੰਮ ਕਰੋ ਇੱਕ ਰਿਟਰਨ ਐਪਲੀਕੇਸ਼ਨ ਮੇਰੇ ਕੋਲ ਘਰੇ ਪਹੁੰਚਾ ਦਿਓ ਕੌਣ ਲੈ ਕੇ ਆਊਗਾ ਤੇ ਮੈਨੂੰ ਦੇ ਤੇ ਮੈਂ ਇਹ ਪਹੁੰਚਾਉਣਾ ਜਿੰਨੀ ਮੈਂ ਮਦਦ ਕਰ ਸਕੂੰਗਾ ਕਰੂੰਗਾ ਤੇ ਇੱਕ ਗੱਲ ਯਾਦ ਰੱਖਿਓ ਇਹ ਤਾਕਤ ਸਹੀ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਹੈ ਜੀ ਸਰ ਕਿਉਂਕਿ ਜੇ ਪੰਜਾਬ ਦੇ ਹੱਕਾਂ ਤੇ ਐਤਕੀ ਸਹੀ ਪਹਿਰਾ ਨਾ ਦਿੱਤਾ ਤੇ ਫੇਰ ਇਹ ਰਹਿਣ ਜੋਗਾ ਅਸੀਂ ਸਰ ਦੀ ਸੌ ਖਾਨੇ ਜੀ ਸੌ ਖਾਨੇ ਜੀ ਸੌ ਖਾਨੇ ਜੀ ਸਰ ਮੇਰੀ ਗੱਲ ਸਾਰੇ ਬੰਦੇ ਬੈਠੇ ਪੂਰੇ ਪੰਜਾਬ ਚ ਸਰ ਮੇਰੀ ਗੱਲ ਅਸੀਂ ਤੁਹਾਡੇ ਨਾਲ ਆਏ ਸਰ ਪੰਜਾਬ ਹਰ ਤੁਸੀਂ ਮੇਰੇ ਨਾਲ ਮੈਂ ਤੁਹਾਡੇ ਨਾਲ ਅਸਲ ਤੁਹਾਡੇ ਨਾਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਦੁਪਹਿਰੀ 1 ਵਜੇ ਜਾਣਾ ਹੈ 12 ਵਜੇ ਪਹਿਲਾਂ ਪਹਿਲਾਂ ਮੇਰੇ ਕੋਲ ਚਿੱਠੀ ਆ ਗਈ ਤੁਹਾਡੀ ਚਿੱਠੀ ਲੈ ਕੇ ਤੇ ਇਸ ਕਰਕੇ ਹੁਣ ਜੂਸ ਜਸ ਪੀਓ ਇਹ ਤਾਲਾ ਖੋਲੋ ਯਾਰ ਤਾਲਾ ਖੋਲੋ ਇਹ ਤਾਲਾ ਕਹਿੰਦਾ ਜਵਾਨੇ ਲੈਟਰ ਦਵਾਰੀ ਕਰੂਗਾ ਜੀ ਉਹ ਖੋਲੋ ਗਏ ਫੇਰ ਨਾ ਕਿਉਂ ਸਾਡੀ ਤੁਹਾਡੇ ਹੱਥਾਂ ਦੇ ਜਾਰੀ ਲੈਣ ਨਵਾਂ ਦਾ ਬਾਰਾ ਜੀ ਤੁਹਾਡੇ ਨਾਲ ਬਾਰਾ ਨਹੀਂ ਮੈਂ ਤੁਹਾਨੂੰ ਫੇਰ ਨਾ ਕਿਉਂ ਸਿੱਧੂ ਨੇ ਸ਼ੇਰ ਨਹੀਂ ਸੁਣਾਇਆ ਮੈਂ ਸ਼ੇਰ ਵੀ ਸੁਣਾ ਦਿੰਦਾ ਟੁੱਟ ਗਈਆਂ ਨੇ ਜੰਜੀਰਾਂ ਤਾਲੇ ਖੁੱਲ ਜਾਣਗੇ ਜਿਹੜੇ ਆਮ ਪੰਜਾਬ ਦੇ ਵਸਨੀਕਾਂ ਨਾਲ ਟਕਰਾਉਣਗੇ ਕੱਖਾਂ ਵਾਂਗ ਰੁੱਕ ਜਾਣਗੇ ਜੋ ਲੈ ਇਹ ਸੁਣਨਾ ਵਾਦਾ ਸਾਡੀ ਕਿੱਦਾਂ ਸੀ ਆਪ ਗੁੰਮ ਹੋ ਗਏ ਜੀ